जी ऐसी ना। हाँ जी बिलाल दे स्कूल असी पहुंच गए हैं। अज दा हैगा रिजल्ट, तुसी सब ने दुआ करनी है। माशाल्लाह जी देख कमरे च आ गए हैं ते टीचर दी आने वाली है, फिर देखते हैं बिलाल दा की रिजल्ट आ ते अल्लाह खैर करेगा। बिलाल का जी रिजल्ट आ गया, अब घर जाके चेक करते हैं। माशाल्लाह जी है तो अच्छा, लेकिन शिकायतें भी बहुत आती हैं। अच्छा, हाँ लेनी है। चलो बच्चा जी माशाल्लाह घर असी आ गए हैं। मुबारक हो। खैर मुबारक। बिलाल पास हो गया है। वाह भाई वाह, जफी दा वाह। वाह जी वाह। बेटा बेटा जेड़ा ना बहुत ही अच्छी इहदी पढ़ाई है, बहुत अच्छा पढ़ रहा वा। सबने इहदे वास्ते बहुत सारी दुआ करनी है। और जिन्हें दुआ की है ओहदे वास्ते शुक्रिया भी अदा कर। हाँ जी जिन्हें जिन्हें ने दुआ की सारे मिठाई खोनी ने। जी माशाल्लाह बिलाल ना कार्ड लेके आया। जी माशाल्लाह मैं नीचे वाले क्वेश्चन दी ना झाड़ू फेर लिया वा, ते हुण ना पोची फेरन लगी आ। थोड़ा जिहा ना बाल्टी दे विच मैं पाया वा शैम्पू, ते थोड़ा जिहा ना पावांगी फरनैल, ते इह ना पोची जिहड़ी आ ना फिर अच्छी तरीके नाल लग जांदी आ। फरनैल दा इह आ कीड़े मकौड़े जिहड़े आ ना उह नहीं आउंदे। ते ਇਹਦੀ ਨਾ ਪੋਚੀ ਅੱਛੀ ਤਰੀਕੇ ਨਾਲ ਲੱਗ ਜਾਵੇ ਨਾ ਸ਼ੈਂਪੂ ਤੇ ਫਰਨੈਲ ਪਾ ਕੇ, ਤੇ ਫਰਨੈਲ ਨਾ ਨਿਖਰ ਜਾਂਦਾ ਵਾ, ਜਿਹੜੀ ਜਿਹੜਾ ਪੱਥਰ ਆ ਨਾ ਉਹ ਵੀ ਇਸੇ ਤਰ੍ਹਾਂ ਨਿਖਰਦਾ ਵਾ। ਅੱਜ ਸਫਾਈਆਂ ਕੱਟ ਦਿਨ ਹੈ, ਸਫਾਈਆਂ ਹੋ ਰਹੀਆਂ ਹੈ। मैंने कहा शायद आज सफाइयों का दिन है। थक गई हो?
ਕਲੀਨ ਦੇ ਵਿੱਚ ਨਾ ਪੋਚੀ ਫੇਰਨੀ ਬਹੁਤ ਮੁਸ਼ਕਿਲ ਆ। ਆ ਜਿਹੜਾ ਕਲੀਨ ਆ ਨਾ ਇਹ ਤਾਂ ਮਾੜੀ ਜੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਜਿਹੜੀ ਅਸੀਂ ਆਹ ਕਲਰ ਲੈ ਲਿਆ। ਮੈਂ ਤੈਨੂੰ ਕਿਹਾ ਸੀ ਰਹਿਣ ਦੇ, ਤੂੰ ਕਹਿੰਦੀ ਆਹ ਹੀ ਲੈਣਾ, ਆਹ ਬਹੁਤ ਪਿਆਰਾ ਵਾ। ਮੈਂ ਕਿਹਾ ਚੱਲ ਠੀਕ ਆ। ਇਹਦੇ ਵਿੱਚ ਨਾ ਦੂਸਰਾ ਮਿੱਟੀ ਬੜੀ ਨਜ਼ਰ ਆਉਂਦੀ ਆ ਮਾੜੀ ਜੀ ਵੀ, ਦੂਸਰਾ ਹਵਾ ਚੱਲੇ ਜਾਂ ਵੈਸੇ ਕੋਈ ਇੱਕ ਵਾਰੀ ਅੰਦਰ ਆ ਜਾਵੇ ਨਾ ਜੋ ਪੈਰ ਸਾਫ ਵੀ ਹੋਵੇ ਫਿਰ ਵੀ ਉਹਦੇ ਨਾ ਦੂਸਰਾ ਪੈਰ ਲੱਗ ਜਾਂਦੇ ਆ, ਬਹੁਤ ਮੁਸ਼ਕਿਲ ਆ। ਹੁਣ ਇਹਦਾ ਦਰਵਾਜ਼ਾ ਲੱਗ ਜਾਵੇ ਨਾ ਤੇ ਫਿਰ ਕੁਛ ਬਚ ਬਚਾ ਹੋਏਗਾ। ਕੋਈ ਨੀ, ਦੋ ਚਾਰ ਮਹੀਨੇ ਬਾਅਦ ਆਪਾਂ ਦਰਵਾਜ਼ਾ ਹੀ ਲਵਾ ਲਾਂਗੇ। ਦੋ ਚਾਰ ਮਹੀਨੇ ਉਹਨਾਂ ਦੀ ਕਰ ਮੈਂ ਮੇਰੇ ਗੋਟੇ ਰਹਿ ਜਾਣੀਆਂ ਪੈਰ ਫੇਰਦੇ ਬਾਈ ਦਾ ਕੱਲ ਫੋਨ ਆਇਆ ਸੀ ਉਹਦਾ ਫਿਰ ਨਹੀਂ ਆਇਆ ਹੈ ਨਾ। ਨਹੀਂ ਤੁਸੀਂ ਕਰ ਲੈਣਾ ਸੀ ਪਤਾ, ਚਲੋ ਕਰਦੇ ਹਾਂ। ਚੱਲ ਆਹ ਇੱਧਰੋਂ ਮੁਕੰਮਲ ਹੋ ਜਾਵੇ ਤੇ ਫਿਰ ਬੰਦਾ ਨਾ ਹੋਰ ਜਿਹੜਾ ਕੰਮ ਆ ਬੰਦਾ ਉਹ ਵਿੱਚ ਕਰਾ ਲੈਂਦਾ। ਥੱਕ ਗਈ ਆ ਨੀਚੇ ਨਾ ਕਲੀਨਾ ਕਲੀਨਾ ਤੇ ਮੈਂ ਝਾੜੂਗਾ ਦੂਸਰਾ ਪੁੱਛ ਝਾੜੂ ਵੀ ਫੇਰ ਲਿਆ ਪੋਚੀ ਵੀ ਫੇਰ ਲਈ। ਹੁਣ ਨਾ ਪੱਥਰ ਪੱਥਰ ਜਿੱਥੇ ਲੱਗਾ ਵਾ ਨਾ ਹੁਣ ਸੀੜੀਆਂ ਵਾ ਤੇ ਪਰਲਾ ਕਮਰਾ ਵਾ। ਵਾਸ਼ਰੂਮ ਵੀ ਮੈਂ ਧੋ ਲਏ ਆ, ਦੋ ਵਾਸ਼ਰੂਮ ਧੋ ਲਏ ਆ। ਇੱਕ ਵਾਸ਼ਰੂਮ ਜਿਹੜਾ ਵਾ ਨਾ ਉੱਪਰ ਵਾਲਾ ਉਹ ਰਹਿੰਦਾ ਵਾ, ਹਜੇ ਉੱਪਰ ਵਾਲੀ ਸਫਾਈ ਵੀ ਰਹਿੰਦੀ ਆ। ਪਾਣੀ ਦਿੱਤਾ ਪੌਦਿਆਂ ਨੂੰ? ਮਾਸ਼ਾਅੱਲਾ ਜੀ ਸਾਡਾ ਕਿਚਨ ਜੀ ਮਾਸ਼ਾਅੱਲਾ ਅਸੀਂ ਨਾ ਬਾਹਰ ਆਏ ਹਾਂ, ਜਾਣਾ ਸੀਗਾ ਦਰਬਾਰ 'ਤੇ ਅਤੇ ਰਸਤੇ ਦੇ ਵਿੱਚ ਨਾ ਕਾਫੀ ਅੱਛੇ ਅੱਛੇ ਸੀਨ ਆ, ਹਰਿਆਈ ਆ ਹਰ ਪਾਸੇ ਤੱਕੇ ਆ। ਅੱਜ ਕੱਲ੍ਹ ਨਾ ਮੁੰਜੀ ਦਾ ਸੀਜ਼ਨ ਆ, ਮੁੰਜੀ ਜਿਹੜੀ ਆ ਨਾ ਇੱਧਰ ਦੀ ਜਿਹੜੀ ਮੁੰਜੀ ਆ ਨਾ ਉਹ ਹਜੇ ਕੱਚੀ ਆ ਅਤੇ ਨਿਸਰੀ ਹੈਗੀ ਆ ਲੇਕਿਨ ਕੱਚੀ ਆ ਹਜੇ, ਅਤੇ ਜਿਹੜੀ ਇੱਧਰ ਵਾਲੀ ਮੁੰਜੀ ਆ ਨਾ ਇਹ ਮਾਸ਼ਾਅੱਲਾ ਪੱਕ ਚੁੱਕੀ ਆ। ਥੋੜ੍ਹੇ ਦਿਨਾਂ 'ਤੇ ਕਰਨਾ ਇਹਨੂੰ ਨਾ, ਦੋ ਤਿੰਨਾਂ ਦਿਨਾਂ ਦੇ ਵਿੱਚ ਨਾ ਇਹਨਾਂ ਨੂੰ ਹੱਥ ਲੱਗ ਜਾਣਾ ਵਾ। ਅਤੇ ਨਾ ਕਾਫੀ ਅੱਜ ਕੱਲ੍ਹ ਪੱਠਿਆਂ ਦੀ ਵੀ ਬੜੀ ਤੰਗੀ ਹੁੰਦੀ ਆ, ਕਿਉਂ ਅਸੀਂ ਜਾਨਵਰ ਰੱਖੇ ਆ ਸਾਨੂੰ ਪਤਾ ਵਾ, ਲੋਕ ਫਿਰ ਨਾ ਵੱਢ ਕੇ ਅਤੇ ਦੂਸਰਾ ਕਾਫੀ ਲੋਕ ਆਉਂਦੇ ਆ ਝੋਨਾ ਉਹਨਾਂ ਨੂੰ ਦੇ ਦਿੰਦੇ ਆ ਛਾਂਗ ਕੇ, ਅਤੇ ਜਿਹੜੀ ਪਰਾਲੀ ਆ ਨਾ ਅਤੇ ਨੀਚੇ ਵਾਲਾ ਜਿਹੜਾ ਪੌਦਾ ਵਾ ਉਹ ਨਾ ਲੈ ਜਾਂਦੇ ਆ ਮਾਲ ਡੰਗਰਾਂ ਵਾਸਤੇ ਨਾ ਕੁੱਤਰਦੇ ਆ ਫਿਰ। ਅਤੇ ਮਾਸ਼ਾਅੱਲਾ ਇਹ ਨਾ ਹੁਣ ਇਹ ਤਾਂ ਬੰਨੇ ਦੇ ਨਾਲ ਆ, ਥੋੜ੍ਹੀ ਕੱਚੀ ਆ, ਜਿਹੜੀ ਵਿਚਕਾਰ ਵਾਲੀ ਆ ਨਾ ਉਹ ਮੁਕੰਮਲ ਪੱਕੀ ਹੋਈ ਆ, ਅਤੇ ਇੱਧਰ ਵਾਲੀ ਕਾਫੀ ਸਾਰੀ ਦੂਰ ਦੂਰ ਤੀਕਰ ਸਾਰੀ ਕੱਚੀ ਪਈ ਆ ਹਜੇ। ਆਹ ਜਿਹੜਾ ਪਤਾ ਨਹੀਂ 2 ਕਿੱਲੇ ਆ 3 ਕਿੱਲੇ ਕਾਫੀ ਸਾਰੀ ਆ ਹੈ ਨਾ, 2-3 ਕਿੱਲੇ ਤਾਂ ਹੋਣੇ ਆ, 3-4 ਏਕੜ ਅਤੇ ਇਹ ਪੱਕ ਚੁੱਕੀ ਆ ਸਮਝੋ। ਅਤੇ ਅਸੀਂ ਹੁਣ ਚੱਲਦੇ ਹਾਂ, ਮੈਂ ਕਿਹਾ ਇਹ ਅੱਜ ਕੱਲ੍ਹ ਇਸ ਮੌਸਮ ਦੇ ਵਿੱਚ ਨਾ ਅਸੀਂ ਰਾਣੋ ਜਿਹੜੀ ਸੀ ਨਾ ਇਸ ਮੌਸਮ ਦੇ ਵਿੱਚ ਅਸੀਂ ਲੈ ਕੇ ਆਏ ਸੀ, ਅਤੇ ਜਿਹੜੀ ਪਹਿਲੇ ਵਾਲੀ ਸਾਡੇ ਕੋਲ ਮੱਝ ਸੀ ਨਾ ਉਹ ਵੀ ਇਸੇ ਮੌਸਮ ਦੇ ਵਿੱਚ ਲੈ ਕੇ ਆਏ ਸੀ, ਕਿਉਂ ਆਮ ਨਾ ਅੱਜ ਕੱਲ੍ਹ ਮੱਝਾਂ ਜਿਹੜੀਆਂ ਨਾ ਸੁੱਕ ਪੈਂਦੀਆਂ ਸਸਤੀਆਂ ਹੋ ਜਾਂਦੀਆਂ ਕੁਛ, ਅਤੇ ਅਸੀਂ ਇਹੀ ਦੋਨੇ ਮੌਸਮ ਜਦੋਂ ਆਉਂਦੇ ਆ ਨਾ ਤਾਂ ਮੈਨੂੰ ਨਾ ਆਪਣੀਆਂ ਮੱਝਾਂ ਯਾਦ ਆ ਜਾਂਦੀਆਂ। ਚੱਲਦੇ ਹਾਂ ਹੁਣ। ਜੀ ਮਾਸ਼ਾਅੱਲਾ ਅਸੀਂ ਨਾ ਦਰਬਾਰ 'ਤੇ ਪਹੁੰਚ ਗਏ ਹਾਂ, 2-3 ਭਾਈ ਪਹਿਲੇ ਵੀ ਆ, ਉਹਨਾਂ ਨੇ ਨਾ ਪੌਦੇ ਲਿਆਂਦੇ ਆ ਇੱਥੇ, ਪੌਦੇ ਲਾਉਣ ਲੱਗੇ ਆ, ਅਤੇ ਅਸੀਂ ਸਲਾਮ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਵਾਪਸ ਘਰ ਨੂੰ ਜਾਵਾਂਗੇ। ਇਹ ਹੈ ਬਿਲਕੁਲ ਹੀ ਦੂਸਰਾ ਪਿੰਡ ਦੇ ਵਿੱਚ ਦਰਬਾਰ ਆ।
ਤੇ ਆਸੇ ਪਾਸੇ ਸਾਰੀ ਮੁੰਜੀ ਲੱਗੀ ਆ ਵਿਚਕਾਰ ਦੂਸਰਾ ਜ਼ਮੀਨ ਦੇ ਵਿੱਚ ਨਾ ਇਹਨਾਂ ਦਾ ਇਹ ਦਰਬਾਰ ਆ ਤੇ ਆਸੇ ਪਾਸੇ ਡੇਰੇ ਤਾਂ ਹੈਗੇ ਆ ਦੂਰ ਦੂਰ ਆ ਇੱਕ ਡੇਰਾ ਇਸ ਸਾਈਡ ਤੇ ਆ ਇੱਕ ਉਹ ਸਾਹਮਣੇ ਆ ਦੂਰ ਦੂਰ ਡੇਰੇ ਆ ਜਬਲਾ ਝੋਨੇ ਨੂੰ ਤਾਂ ਇੱਦਾਂ ਪੈ ਗਏ ਨਾ ਬੱਕਰੀਆਂ ਜਿਹਦੀਆਂ ਭੁੱਖੀਆਂ ਵਾ जी असी ना दरबार तू हो के ना फिर बेटी दे घर गए हैं तो उतू ना चाय चुई पीती तो हूँ ना अच्छी चले हाँ घर न इधर ना पक्का भी मकई जी ना वह बीजी हुई है कोई कोई छली तो बिल्कुल पक्की आ सूरज जड़ा वा ना वह भी रूब होने लगा वा तो इधर बकरियां जी बकरियां का हिजड़ा ना वह भी घर में चले आ शाम का टाइम होने लगा वा सारे घर अपने अपने घर तैयारी करते हैं क्या हो गया रो रही हो हाँ। क्यों प्यासा नहीं रुआ अच्छा मैंने कहा पता नहीं क्या मसला है क्या बना रहे हैं करेले लेंदे सी ना उस दिन फ्रिज च पे सी शाम होण हुई सी मैं क्या अच्छा करेले पका रहे हो पहले तो मेरी सलाह सी मैं क्या ओथू ना सालन पक्का पकाया ले लेने हैं फिर मैं क्या हुन जरूर ओतरू लेने हैं मैं क्या करेले बना लवांगे ਵਿੱਚ ਕੁਛ ਪਿਆਸ ਪਾ ਕੇ ਨਾ ਦੋ ਟਾਈਮ ਰੋਟੀ ਲੱਗ ਜਾਏਗੀ ਇਸ ਕਰਕੇ ਮੈਂ ਚਲੋ ਕਰੇਲੇ ਬਣਾ ਲੈਣੀ ਹੈ ਕਰੇਲੇ ਮੈਂ ਕੱਟ ਲਏ ਆ ਇੱਧਰ ਨਾ ਲਸਣ ਤੇ ਪਿਆਸ ਜਿਹੜਾ ਵਾ ਨਾ ਉਹ ਵੀ ਛਿੱਲ ਲਿਆ ਵਾ ਲਸਣ ਛਿੱਲ ਰਹੀ ਆ ਕਰੇਲੇ ਨੂੰ ਨਾ ਮੈਂ ਨਮਕ ਪਹਿਲੇ ਲਾਇਆ ਸੀਗਾ ਤੇ ਮੈਂ ਕਿਹਾ ਬਾਕੀ ਮਸਾਲਾ ਜਿਹੜਾ ਵਾ ਨਾ ਉਹ ਮੈਂ ਕਿਹਾ ਤਿਆਰ ਕਰ ਲਵਾਂ ਤੇ ਪਿਆਸ ਜਿਹੜੇ ਆ ਨਾ ਉਹ ਮੈਂ ਕੱਟੇ ਨਹੀਂ ਹੈਗੇ ਲਸਣ ਅਦਰਕ ਵੀ ਕੁੱਟ ਲਿਆ ਵਾ ਤੇ ਕਰੇਲੇ ਜਿਹੜੇ ਆ ਨਾ ਮੈਂ ਖਾ ਇਸ ਤਰ੍ਹਾਂ ਨਾ ਮਲ ਦੇਵਾਂ ਕਰੇਲੇ ਜਿਹੜੇ ਆ ਨਾ ਮੈਂ ਉੱਪਰ ਰੱਖ ਲਏ ਆ ਕੜਾਈ ਵੀ ਉੱਪਰ ਰੱਖ ਲਈ ਆ ਤੇ ਵਿੱਚ ਪਾਵਾਂਗੀ ਘਿਓ ਬਿਸਮਿਲ੍ਲਾ ਰਹਿਮਾਨ ਰਹੀਮ ਇਹਦੇ ਵਿੱਚ ਨਾ ਘਿਓ ਥੋੜ੍ਹਾ ਜ਼ਿਆਦਾ ਪਾਵਾਂਗੇ ਤਾਂ ਕਿ ਕਰੇਲਿਆਂ ਨੂੰ ਨਾ ਮੈਂ ਫਰਾਈ ਕਰਾਂਗੀ मसाला जरा वा ना मैं चंगी तरह भुन लिया वा ਤੇ ਕਰੇਲੇ ਜਿਹੜੇ ਆ ਨਾ ਮੈਂ ਫਰਾਈ ਕਰਕੇ ਨਾ ਅਲੱਗ ਬਰਤਨ ਵਿੱਚ ਕੱਢੇ ਸੀਗੇ ਇਹ ਆਪਾਂ ਪਾਵਾਂਗੇ ਮਸਾਲੇ 'ਚ ਬਿਸਮਿਲ੍ਲਾ ਰਹਿਮਾਨ ਰਹੀਮ ਇਸ ਵੀਡੀਓ ਦਾ ਮੈਂ ਇੱਥੇ ਕਰਾਂਗੀ ਐਂਡ ਅੱਜ ਦਾ ਵਲੋਗ ਮੇਰਾ ਇਹ ਸੀ ਅਗਰ ਮੇਰਾ ਵਲੋਗ ਪਸੰਦ ਆਇਆ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਜ਼ਰੂਰ ਕਰੇ ਇਸ ਤਰ੍ਹਾਂ ਆਪਣੀ ਭੈਣ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼